किसी ने बाबा सीर कमीर फोड़ा फंसी पुरिया खड़े खरदी न मरदी सुस्ती रिंग नवा ब्लड शुगर तां हर कम दी आ हुंदी बीमारी जी अपने अख ये करके अख ते धुंधला जाला नराता पड़वाल डिलका मोतिया हुंदा ये चीज़ हुंदी है जी जिवें अपनी अख ते सत्त सत्त चौदह पड़दे हुंदे ने ये चौदह ही लै जाण ते बारह साल के बच्चे वर्गी निगाह हो जाती है ते जे ढके जाण तां इत्थों काला मोतिया डाक्टर बोल दिंदे ने ਉਹ ਕਹਿੰਦੇ ਸਕੈਨ ਚ ਮੋਤੀਆ ਪਏ ਥੋੜੇ ਵਜਾ ਕੇ ਵਿਖਾਏ ਯਾਰ ਸਾਡੇ ਦਰਸ਼ਕਾਂ ਨੂੰ ਯਾਰ ਖਾਸ ਹੀ ਖਾਸ ਤੇ ਕੀ ਨਾਮ ਆ ਨਾਮ ਮੇਰਾ ਬਲਦੇਵ ਨਾਥ ਬਲਦੇਵ ਨਾਥ ਤੇ ਕਿਹੜੀਆਂ ਕਿਹੜੀਆਂ ਜੜੀ ਬੂਟੀਆਂ ਰੱਖੀਆਂ ਜੜੀਆਂ ਬੂਟੀਆਂ ਆਪਣੇ ਕੋਲ ਅੱਖਾਂ ਦੰਦਾਂ ਦਾੜਾਂ ਗੋਡੇ ਗਿੱਟੇ ਮੋਢੇ ਹਰ ਇੱਕ ਬਿਮਾਰੀ ਦੀ ਦਵਾਈ ਹੈ ਠੀਕ ਆ ਕਿਸੇ ਵੀ ਦਵਾਈ ਦੀ ਹਰ ਇੱਕ ਬਿਮਾਰੀ ਦੀ ਪ੍ਰੋਬਲਮ ਹੋਵੇ ਕਿਸੇ ਵੀ ਚੀਜ਼ ਦੀ ਕਿਸੇ ਨੂੰ ਬਾਬਾ ਸੀਰ ਕਮੀਰ ਫੋੜਾ ਫੰਸੀ ਪੁਰੀਆ ਖੱਡ ਖਰਦੀ ਨ ਮਰਦੀ ਸੁਸਤੀ ਰਿੰਗ ਨਵਾ ਬਲੱਡ ਸ਼ੂਗਰ ਤਾਂ ਹਰ ਕੰਮ ਦੀ ਦਵਾਈ ਦਿੰਦੇ ਜੱਦੀ ਖਾਨਦਾਨੀ ਦਾਦੇ ਪੁਰਦਾਦੇ ਤੋਂ ਬਣਾ ਵਿਰਸੇ ਚ ਕੰਮ ਠੀਕ ਹੈ ਤੇ ਹੁਣ ਜਿਹੜਾ ਇਹ ਸੁਰਮਾ ਪਾਇਆ ਸਾਡੇ ਬੰਦੇ ਤੇ ਜੀ ਇਹ ਜਾਨੀ ਕਿ ਖਾਸ ਕਿਸਮ ਦਾ ਇਹ ਖਾਸ ਸੁਰਮਾ ਹੈ ਜਿਹੜਾ ਅਸੀਂ ਆਪ ਸੱਪ ਦੇ ਮੂੰਹ ਚ ਰੱਖ ਕੇ ਬਣਾਉਂਦੇ ਆ ਜਿਹਦੇ ਕਰਕੇ ਜੋਗੀ ਨਾਥ ਦੇ ਆਪ ਦੇ ਐਨਕ ਨਹੀਂ ਲੱਗਦੀ ਅੱਛਾ 5 ਸਾਲ ਦਾ ਬੱਚਾ ਹੋਵੇ ਉਹਦੇ ਤੋਂ ਲੈ ਕੇ 100 ਸਾਲ ਤੱਕ ਬਾਦਿਓ ਅੱਖ ਬਣੀ ਨਾ ਹੋਵੇ ਧੁੰਦਲਾ ਦਿਸਦਾ ਦੋ ਦੋ ਦਿਨ ਨੇ ਉਹ ਲਵਾਈ ਦੀ ਸਿਰ ਦੁਖਦਾ ਨਿਗਾਹ ਪਾੜਦੀ ਹੈ ਅੱਖ ਚ ਖੁਰਕੀ ਨੱਕ ਚ ਹੁੰਦੀ ਹੈ ਮੂੰਹ ਚੋਂ ਪਾਣੀ ਆਉਂਦਾ ਨੱਕ ਚੋਂ ਪਾਣੀ ਆਉਂਦਾ ਖੁਰਕ ਹੁੰਦੀ ਹੈ ਬਾਲੋ ਸੁਰਮਾ ਲਗਾਤਾਰ 40 ਦਿਨ ਅੱਖਾਂ ਬਿਲਕੁਲ ਸਾਫ ਦਿਮਾਗ ਦਾ ਰੇਸ਼ਾ ਪਤਲਾ ਜਿੰਦਾ ਵਗਦਾ ਰਹਿੰਦਾ ਸਟਰੇ ਨੇ ਠੀਕ ਹੈ ਤੇ ਕਿੰਨੇ ਚਿਰ ਬਾਅਦ ਪਾਉਣਾ ਚਾਹੀਦਾ ਇਹ ਤੀਜੇ ਦਿਨ ਪਾਉਣਾ ਚਾਹੀਦਾ ਅੱਛਾ ਤੀਜੇ ਦਿਨ ਪਾਉਣਾ ਚਾਹੀਦਾ ਜਿਹਦੀ ਬਾਹਲੀ ਨਿਗਾਹ ਕਮਜ਼ੋਰ ਹੈ ਉਹਦੀ ਦੂਜੇ ਦਿਨ ਜਿਵੇਂ ਆਪਾਂ ਥੋੜੀ ਨਿਗਾਹ ਕਿਸੇ ਦੀ ਘੱਟ ਬਹਿ ਜਾ ਜਿਹਦੀ ਨਿਗਾਹ ਘੱਟ ਅੱਖਾਂ ਖੋਲ ਲੈ ਵੀ ਬਲੂ ਵਾਕੀ ਬਈ ਇਹ ਤਾਂ ਗੱਲ ਸਹੀ ਆ ਬਈ ਇਹਨਾਂ ਦੇ ਐਨਕ ਨਹੀਂ ਲੱਗਦੀ ਵੇਖਿਆ ਨਹੀਂ ਕੋਈ ਆਪਾਂ ਹੱਥ ਕਰ ਆ ਹੁੰਦੀ ਬਿਮਾਰੀ ਜੀ ਆਪਣੇ ਅੱਖ ਇਹਦੇ ਕਰਕੇ ਅੱਖ ਤੇ ਧੁੰਦਲਾ ਜਾਲਾ ਨਰਾਤਾ ਪੜਵਾਲ ਡਿਲਕਾ ਮੋਤੀਆ ਹੁੰਦਾ ਇਹ ਚੀਜ਼ ਹੁੰਦੀ ਹੈ ਜੀ ਜਿਵੇਂ ਆਪਣੀ ਅੱਖ ਤੇ ਸੱਤ ਸੱਤ ਚੌਦਾਂ ਪੜਦੇ ਹੁੰਦੇ ਨੇ ਇਹ ਚੌਦਾਂ ਹੀ ਲੈ ਜਾਣ ਤੇ ਬਾਰਾਂ ਸਾਲ ਦੇ ਬੱਚੇ ਵਰਗੀ ਨਿਗਾਹ ਹੋ ਜਾਂਦੀ ਹੈ ਤੇ ਜੇ ਢਕੇ ਜਾਣ ਤਾਂ ਇੱਥੋਂ ਕਾਲਾ ਮੋਤੀਆ ਡਾਕਟਰ ਬੋਲ ਦਿੰਦੇ ਨੇ ਉਹ ਕਹਿੰਦੇ ਸਕੈਨ ਚ ਮੋਤੀਆ ਪੈ ਗਿਆ ਤੇ ਸਕੈਨ ਤੇ ਚੜ ਜਾਂਦਾ ਅੱਖ ਦੇ ਪੁਤਲੀ ਤੇ ਆਪਰੇਸ਼ਨ ਨਹੀਂ ਹੁੰਦਾ ਠੀਕ ਹੈ ਉਹ ਸਕੈਨ ਦੇ ਅੰਦਰ ਹੋ ਜਾਂਦਾ ਜਿਹੜਾ ਆਪਣਾ ਚਿੱਟਾ ਮੋਤੀਆ ਹੁੰਦਾ ਉਹ ਮਾਸ ਹੁੰਦਾ ਹੈ ਕੱਚਾ ਠੀਕ ਹੈ ਉਹ ਉਹਦੀ ਸਕੈਨ ਆ ਜਾਂਦੀ ਅੱਖ ਦੇ ਸੀਸੇ ਤੇ ਉਹ ਲਾ ਦਿੰਦੇ ਨੇ ਡਾਕਟਰ ਉਹਦੇ ਕਰਕੇ ਲਾ ਕੇ ਲੈਣ ਚ ਪਾ ਦਿੰਦੇ ਜਦੋਂ ਆਪਾਂ ਕਹਿ ਦਿੰਦੇ ਆ ਕਾਲਾ ਮੋਤੀਆ ਚੜ ਗਿਆ ਇੱਥੋਂ ਨਿਗਾਹ ਸੈੱਟ ਹੁੰਦੀ ਹੈ ਕਹਿੰਦੇ ਡਾਕਟਰ ਕਹਿੰਦੇ ਇੱਥੋਂ ਚਲੀ ਗਈ ਜਾਂ ਆਪਾਂ ਕਹਿ ਦਿੰਦੇ ਇੱਥੋਂ ਗਈ ਉਹ ਇੱਥੋਂ ਨਹੀਂ ਜਾਂਦੀ ਉਹ ਚੀਜ਼ ਨਹੀਂ ਪ੍ਰੋਬਲਮ ਅੱਗੇ ਰੋਸ਼ਨੀ ਨਹੀਂ ਦਰਸ਼ਨ ਦਿੰਦੀ ਉਹਦੀ ਕਾਲਾ ਮੋਤੀਆ ਚੜ ਜਾਂਦਾ ਉੱਤੇ ਸਕੈਨ ਹੁਣ ਛੱਟੇ ਮਾਰਦੇ ਆਪਾਂ ਇਹਦੇ ਚ ਸੌਰ ਹੁੰਦੇ ਆ ਇਹ 7 ਸੌਰ ਹੁੰਦੇ ਨੇ ਜੀ ਅੱਛਾ ਸੌਰੇ ਦੇ ਚ ਬਹੁਤ ਦੇ ਸਾਰੇ ਸਾਜ ਇੱਥੋਂ ਬਣਦੇ ਨੇ ਠੀਕ ਹੈ ਉੱਤੇ ਸਾਜ ਨਹੀਂ ਹੁੰਦਾ ਕੋਈ ਵੀ ਸਾਜ ਇਹ ਬਹੁਤ ਜ਼ਿਆਦਾ ਕਾਮਯਾਬ ਸਾਜ ਇਹ 7 ਸੌਰੇ ਨੇ ਜਿਹੜਾ ਮਰਜ਼ੀ ਸੰਗੀਤ ਗੀਤ ਕੱਢਿਆ ਜਾਂਦਾ ਇਹ ਸੁਰ ਦੇ ਤੇ ਹੁੰਦਾ ਜਿਵੇਂ ਆਪਣੇ ਬਾਣੀ ਦੇ ਵਿੱਚ ਰਾਗ ਨੇ ਰਾਗਣੀਆਂ ਰਾਗ ਅਨੁਸਾਰ ਇਹਦੇ ਠੀਕ ਹੈ ਜਿਵੇਂ ਕੋਈ ਵੀ ਰਾਗ ਆਪਣੇ ਟਾਈਮ ਸਿਰ ਵਕਤ ਸਿਰ ਗਾਇਆ ਜਾਂਦਾ ਵਜਾਇਆ ਜਾਂਦਾ ਹੁਣ ਅਸੀਂ ਕਹਾਂ ਜਾਂਦੇ ਹਾਂ ਅਸੀਂ ਤਾਂ ਪਤਾ ਲੱਗਦਾ ਜੋਗੀ ਆਇਆ ਇਹਦੇ ਕਰਕੇ ਪੀਣ ਰੱਖੀ ਦੀ ਅੱਛਾ ਠੀਕ ਆ ਮੰਨ ਲਓ ਸਭ ਤੋਂ ਪਹਿਲਾਂ ਫਰੀ ਦਾ ਜਦੋਂ ਵਿਆਹ ਹੋਈ ਦੇਣਾ ਅੱਛਾ ਉਵੇਂ ਹੈ ਕੋਈ ਹੁਣ ਕੋਲੇ ਨਹੀਂ ਰੱਖਦੇ ਉਵੇਂ ਨਹੀਂ ਰੱਖਦੇ ਦਵਾਈਆਂ ਹੀ ਦਵਾਈਆਂ ਬੂਟੀਆਂ ਠੀਕ ਆ ਤੇ ਦੰਦਾਂ ਦਾ ਕੀ ਇਲਾਜ ਆ ਦੰਦ ਦੁਖਦੇ ਹੁਣ ਕੀੜਾ ਲੱਗਾ ਹੋਵੇ ਰੇਸ਼ਾ ਪਿਆ ਹੋਵੇ ਕੀੜਾ ਕੱਢ ਕੇ ਤਲੀ ਤੇ ਰੱਖ ਦੀਦਾ ਕਮਾਲ ਦੀ ਗੱਲ ਮੇਰੇ ਤਾਂ ਵਾਵਾ ਤੇ ਕੱਢ ਕੇ ਆਪਾਂ ਤਲੀ ਤੇ ਰੱਖ ਜਾਂਗੇ ਜੇ ਰੇਸ਼ਾ ਦਾ ਠੰਡਾ ਹੁੰਦਾ ਠਾਕ ਦੀ ਤੇ ਬੰਨਦੀ ਦੀ ਤਾਂ ਰੋਟੀ ਛੱਡ ਕੇ ਰੋਡ ਚੱਪਦੇ ਫਿਰ ਉਹ ਮਾਰਾ ਆਪਣਾ ਤਾਂ ਉਹੀ ਏਰੀਆ ਹੀ ਖਾਦਾ ਪਿਆ ਇੱਕ ਪਾਸੇ ਤੋਂ ਨਹੀਂ ਏਰੀਆ ਖਾਦਾ ਤਾਂ ਕੋਈ ਗੱਲ ਨਹੀਂ ਏਰੀਆ ਖਾਦਾ ਤਾਂ ਆਪਾਂ ਪੂਰਾ ਤਾਂ ਕਰ ਨਹੀਂ ਸਕਦੇ ਪਰ ਉਹਦਾ ਹੱਲ ਕਰ ਸਕਦੇ ਠੀਕ ਦੰਦ ਨਵੇਂ ਹੀ ਨਹੀਂ ਲਿਆ ਸਕਦੇ ਜਾਂ ਦੰਦਾਂ ਦਾ ਉਹਦਾ ਦੁਖਣਾ ਮੰਨ ਦਾ ਕੀੜਾ ਗਾਂ ਜਾਣਾ ਉਹ ਰੋਕ ਸਕਦੇ ਠੀਕ ਜੀ ਇਹ ਹੈ ਸਾਰੀਆਂ ਉੱਤੇ ਨਿਸ਼ਾਨੀਆਂ ਨਿਸ਼ਾਨੀਆਂ ਤੁਹਾਡਾ ਆਪਦਾ ਤੁਹਾਨੂੰ ਪਤਾ ਹੋਊਗਾ ਨਾ ਸਾਨੂੰ ਆਪਦੇ ਤਾਂ ਇਹ ਚੀਜ਼ਾਂ ਡੱਬੀਆਂ ਦੀ ਨੌਲੇਜ ਹੈ ਡੱਬੀਆਂ ਪੱਕੀਆਂ ਹੁੰਦੀਆਂ ਤਾਂ ਰੱਖੀ ਠੀਕ ਆ ਡੱਬੀ ਮਰਦੀ ਨਹੀਂ ਠੀਕ ਆ ਤੇ ਉਧਰਲੇ ਪਾਸੇ ਇਧਰਲੇ ਬੰਨੇ ਕੋਈ ਨਹੀਂ ਅੱਛਾ ਉਹ ਬਰਾਬਰ ਬੈਣਾ ਸੀ ਕੀਤਾ ਇਹ ਤਾਂ ਉੱਟਾ ਹੀ ਹੈ ਅੱਛਾ ਬੈਣਾ ਸਕੋਰ ਕਨ ਕਨ ਕਲਾਈ ਜੀ
ਤੇ ਹੋਰ ਕਮਾਈ ਦਾ ਸਾਧਨ ਹੋਰ ਆਪਣਾ ਕਮਾਈ ਦਾ ਸਾਧਨ ਆਹ ਦਵਾਈ ਬੂਟੀ ਦਾ ਹੋਰ ਆਪਣੇ ਕੋਲ ਮਾਲ ਡੰਗਰ ਘੋੜੀਆਂ ਕੁੜੀਆਂ ਹੁੰਦੀਆਂ ਅੱਛਾ ਇਹ ਚੀਜ਼ਾਂ ਨੂੰ ਚਲੋ ਜੀ ਆਪਾਂ ਵੀ ਵਹਿਣੇ ਆ ਹੁਣ ਇੱਕ ਬੰਦਾ ਸਾਡਾ ਕਿਵੇਂ ਬਲਵਿੰਦਰ ਸੈੱਟ ਆ ਲਾਈਟਾਂ ਜਗਦੀਆਂ ਡਿੱਪਰ ਨਾ ਮਾਰ ਲਾ ਕੇ ਜੀ ਜਗਦੀਆਂ ਲਾਈਟਾਂ ਨਹੀਂ ਜ਼ਿਆਦਾ ਚੱਲਣ ਲੱਗੀ ਮਾੜਾ ਤਾਂ ਨਹੀਂ ਗੱਲ ਮੋਬਾਈਲ ਨੰਬਰ ਜੇ ਕਿਸੇ ਨੇ ਤੁਹਾਡੇ ਨਾਲ ਰਾਬਤਾ ਕਰਨਾ ਹੋਵੇ ਮੋਬਾਈਲ ਨੰਬਰ 87370 0650 ਇੱਕ ਵਾਰੀ ਦੁਬਾਰਾ ਬੋਲ ਦਿਓ 87370 0650 ਠੀਕ ਆ ਜੀ ਚਲੋ ਜੇ ਕਿਸੇ ਵੀਰ ਨੇ ਜਾਣਕਾਰੀ ਕੋਈ ਲੈਣੀ ਹੋਵੇ ਬਾਬੇ ਨਾਲ ਗੱਲ ਕਰ ਸਕਦਾ ਜੀ ਅਤੇ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਲੈ ਬਈ ਇੱਕ ਜਣੇ ਦੀਆਂ ਤਾਂ ਇੱਕ ਸਾਫ ਹੋ ਗਈਆਂ ਹੁਣ ਬਾਈ ਜੀ ਆ ਗਏ ਆਈ ਆ ਗਿਆ ਬਾਈ ਨੂੰ ਕਹਿ ਕੰਪੋਨੈਂਟ ਜਮਾ ਸਿਰਾ ਸਿਰਾ ਦਿਸਣ ਜੂਮ ਹੋ ਕੇ ਦਿਸਣ ਬਾਬਾ ਜੀ ਤੁਹਾਡੀ ਅਸਲੀ ਨਸਲੀ ਨਕਲੀ ਦੀ ਫਰਕ ਕਿਵੇਂ ਪਤਾ ਲੱਗਦਾ ਹੈ ਜੀ ਕਈ ਫਿਰਦੇ ਵੀ ਹੁੰਦੇ ਆ ਦੂਜੇ ਇਹ ਨਹੀਂ ਤਾਂ ਕੋਈ ਪਾਸਵਰਡ ਹੋਊਗਾ ਕੋਈ ਤੁਹਾਡਾ ਹੋਊਗਾ ਕੋਹ ਨਾ ਕੋਹ ਪਾਸਵਰਡ ਇਹ ਦੇਖਣਾ ਕਿਸੇ ਦੇ ਮੂੰਹ ਤੇ ਲਿਖਿਆ ਦੇਸੀ ਜੜੀ ਬੂਟੀ ਦਾ ਨੌਲੇਜ ਹੁੰਦੀ ਜੋਗੀ ਹੁਣ ਅਸਲੀ ਪਿਓਰ ਅੱਛਾ ਕਈ ਕਿਸ ਤਰੀਕੇ ਮਤਲਬ ਜਿਵੇਂ ਜਿਵੇਂ ਤੁਹਾਡੇ ਕੋਲੇ ਡੱਬੀਆਂ ਹੀ ਐ ਹੁਣ ਹਾਂ ਝੋਲੇ ਹੁਣ ਉਹਦੇ ਕੋਲੇ ਦੋ ਅੱਛਾ ਫਿਰ ਜੋਗੀ ਹੁੰਦੇ ਨੇ ਉਹ ਚੀਜ਼ਾਂ ਜੜੀ ਬੂਟੀ ਵਾਲਾ ਜੋਗੀ ਹੁੰਦਾ ਠੀਕ ਜਿਹੜਾ ਹੁੰਦਾ ਇੱਕ ਹੱਥ ਵਾਲਾ ਇੱਕ ਝੋਲੀ ਵਾਲਾ ਅੱਛਾ ਉਹ ਹੁੰਦਾ ਆਪਣੇ ਕੋਈ ਪੰਡਤ ਹੋ ਗਿਆ ਕੋਈ ਕੋਈ ਕਿਸ ਤਰੀਕੇ ਫਕੀਰੀ ਲੈਣ 'ਚ ਹੋ ਗਿਆ ਅੱਛਾ ਪਰ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਆਪਾਂ ਨੂੰ ਅਸਲੀ ਬੰਦਾ ਕਿਹੜਾ ਪਛਾਣਿਆ ਜਾਵੇ ਨਹੀਂ ਅਸਲੀ ਨਕਲੀ ਦੀ ਭਸਮ ਹੁੰਦੀ ਹੈ ਸਾਡੇ ਕੋਲ ਤਾਂ ਦਵਾਈ ਭਸਮ ਅਸੀਂ ਭਸਮ ਚ ਹੀ ਦਿੰਦੇ ਹਾਂ ਸੋਨਾ ਭਸਮ ਨੂਰ ਭਸਮ ਕਲੀ ਭਸਮ ਬੋੜ ਦੁੱਧ ਸ਼ਿੰਗਰ ਭਸਮ ਅੰਦੇ ਚ ਪੰਜ ਤੱਤ ਚਾਰ ਵਿਟਾਮਿਨ ਸੋਨਾ ਚਾਂਦੀ ਪਿੱਤ ਰਾਮਾਇਰਨ ਈ ਬੀ ਸੀ ਦੇ ਡੀ 206 ਹੱਡੀਆਂ 360 ਨਾੜੀਆਂ ਪੂਰੀਆਂ ਬੰਦਾ ਬੁੱਢਾ ਨਹੀਂ ਹੁੰਦਾ 350 ਕਰੋੜ ਰੋਮ ਨੇ ਪੈਰ ਤੋਂ ਲੈ ਕੇ ਸਿਰ ਤੱਕ ਬਾਣੀ 'ਚ ਵੀ ਲਿਖੇ ਨੇ ਜਿਹਨੂੰ ਬਵਾਲ ਕਹਿੰਦੇ ਨੇ ਸਰੀਰ ਦੇ ਸਰੀਰ ਨੂੰ ਰੋਗ ਨਾ ਹੋਵੇ ਤਾਂ ਬੰਦਾ ਬੁੱਢਾ ਨਹੀਂ ਹੁੰਦਾ ਆਪਾਂ ਆਪਣੀ ਜੀਭ ਜਵਾਨ ਤੋਂ ਪ੍ਰੋਬਲਮ ਆਉਂਦੀ ਹੈ ਕੋਈ ਤਲੀਆਂ ਚੀਜ਼ਾਂ ਹੋਰ ਵਰਾਇਟੀਆਂ ਬਹੁਤ ਖਾ ਲੈਂਦੇ ਕੁਛ ਜਿਹੜੀਆਂ ਚੀਜ਼ਾਂ ਖਾਣ ਨਾਲ ਬੰਦੇ ਨੂੰ ਨੁਕਸ ਪੈਂਦੇ ਅੱਖਾਂ ਖੋਲ ਲੈ ਗਈਆਂ ਇਹ ਚੀਜ਼ਾਂ ਦਾ ਬਹੁਤ ਯੂਜ਼ ਫਰਕ ਪੈਂਦਾ ਠੀਕ ਆ ਮਤਲਬ ਤੁਸੀਂ ਆਪਦੇ ਸਰੀਰ ਦਾ ਫੁੱਲ ਧਿਆਨ ਰੱਖਦੇ ਆਪਣੇ ਸਰੀਰ ਦਾ ਇੱਕ ਬੰਦਾ ਇਹ ਨਹੀਂ ਜੋਗੀ ਇੱਕ ਬੰਦਾ ਜੋਗੀ ਦੇਸੀ ਦਵਾਈ ਬੂਟੀ ਖਾਂਦੇ ਤੁਸੀਂ ਅੰਗਰੇਜ਼ੀ ਖਾਣੀ ਹੁੰਦੀ ਅੰਗਰੇਜ਼ੀ ਆਪਾਂ ਜਿਵੇਂ ਚਿਰ ਖਾਂਦੇ ਉਨੇ ਚਿਰ ਸਰੀਰ ਨੂੰ ਠੀਕ ਰੱਖਦੀ ਉਦੋਂ ਬਾਅਦ ਫਿਰ ਉਹੀ ਬਣਾਉਣਾ ਦੇਸੀ ਦਵਾਈ ਜਦੋਂ ਖਾਓ ਕਿਸੇ ਵੀ ਇਹ ਨਹੀਂ ਜੋਗੀ ਤੋਂ ਖਾਓ ਕਿਸੇ ਵੀ ਦਵਾਈ ਤੋਂ ਖਾਓ ਚੰਗੀ ਖਾਓ ਭਸਮ ਖਾਓ ਤਾਂ ਦੇਸੀ ਦਵਾਈ ਦੇ ਪੈਸੇ ਜ਼ਰੂਰ ਲੱਗਦੇ ਨੇ ਇਹ ਚੀਜ਼ ਦੇ ਨੌਲੇਜ ਨਾਲ ਕਿਸੇ ਵੀ ਖਾਓ ਚੰਗੀ ਦਵਾਈ ਖਾਓ ਭਸਮ ਖਾਓ ਠੀਕ ਆ ਠੀਕ ਆਪਾਂ ਜਿੰਨੇ ਚਿਰ ਕੋਈ ਵੀ ਚੀਜ਼ ਇਹੋ ਜਿਹੀ ਖਾ ਲੈਂਦੇ ਕਹਿੰਦੇ ਅੱਧੀ ਲੰਘ ਗਈ ਅੱਧੀ ਲੈ ਰਹਿ ਗਈ ਬਸ ਤੁਹਾਡੇ ਆਪਣੇ ਲੋਕਾਂ ਦਾ ਇਹ ਕੰਮ ਅੱਖਾਂ ਖੋਲੇ ਵੀ ਸੀਗਾ ਲੱਗਣ ਵਾਲ ਗਿਆ ਮਿੱਟੀ ਛਿੱਟੇ ਲਾ ਕੇ ਫਿਰ ਮੈਨੂੰ ਦੱਸੀ ਸੁਰਮਾ ਪਾਇਆ ਜੋਗੀ ਨੇ ਗੱਲਾਂ ਨਾ ਸਕਦਾ ਇੱਕ ਤਾਂ ਬਾਬਾ ਇਹ ਦੱਸੋ ਖਾ ਬਾਹਲੀ ਮਸ਼ਹੂਰ ਆ ਬਈ ਤੁਸੀਂ ਦਾਤ ਚੱਕੀ ਸਿਰ ਸੁਰ ਵਾਕਈ ਸੱਚੀ ਗੱਲ ਆ ਬਈ ਸੱਪ ਸੁੱਪ ਸੱਪ ਗਿੱਦੜ ਸਿੰਘੀ ਹਾਥਾ ਜੋੜੀ ਸੱਪ ਦਾ ਮਣਕਾ ਕਾਲੀ ਬਿੱਲੀ ਦੀ ਜੇਰ ਇਹ ਚੀਜ਼ਾਂ ਸਾਡੇ ਜ਼ਰੂਰੀ ਦਿੰਦੇ ਨੇ ਨਾ ਦਿੰਦਾ ਰਿਸ਼ਤਾ ਨਹੀਂ ਕਰਦੇ ਅੱਛਾ ਠੀਕ ਹੈ ਇਹ ਜ਼ਰੂਰੀ ਆ ਜੀ ਠੀਕ ਆ ਬਾਈ ਦੇਖ ਲਓ
असल जोगी की पछाण। बाकी थोनू पता ही लग गया जिन्ने गण सुनाते देसी दवाई दे। बाकी जे कोई आउंदा पुछ लिया करो बई हैगे उहदे च गाणा कि नहीं, सानू तां बाबा ठीक लग्या। ठीक आ, बाकी दुनियादारी आ बहुत फिरदी आ, परे तों परे दुनिया फिरदी आ अजकल। एक वारी पुछ लो है ना, जरूरी आ बई, ओनू नॉलेज हैगी आ किसे जड़ी बूटी दी। ठीक है बाबा, बहुत वधिया लग्या थोड़े नाल गल करके। ठीक है, ओके।